ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਗੁਰੂਆਂ ਦੇ ਇਤਿਹਾਸ ਨਾਲ ਜਾਣਕਾਰੀ ਦੇਣ ਲਈ ਅੱਜ ਮੋਗਾ ਦੇ ਐਵਰਗ੍ਰੀਨ ਪਾਰਕ ਵਿੱਚ ਗੱਤਕੇ ਮੁਕਾਬਲੇ ਕਰਵਾਏ ਗਏ ਨੇ ਜਿਸ ਵਿੱਚ ਪੰਜਾਬ ਭਰ ਦੀਆਂ 11 ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਭ ਤੋਂ ਵਧੀਆ ਪ੍ਰਦਰਸ਼ਨ ਅੰਮ੍ਰਿਤਸਰ ਦੀ ਟੀਮ ਨੇ ਦਿਖਾਇਆ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਬਹੁਤ ਹੀ ਆਨੰਦ ਮਾਣਿਆ। ਉੱਥੇ ਇਸ ਟੀਮ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਇਸ ਮੌਕੇ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਸੰਸਥਾ ਨੇ ਪਹੁੰਚੇ ਲੋਕਾਂ ਨੂੰ ਗੱਤਕੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਵੀ ਦਿਖਾਈ ਗਈ ਹੈ। ਗੁਰੂ ਨੂੰ ਨਾਲ ਸਮਝਾਂਗੇ ਬੁਰਾਈਆਂ ਨੇੜੇ ਨਹੀਂ ਆਉਣਗੀਆਂ। ਅਗਰ ਗੁਰੂ ਨੂੰ ਨਾਲ ਨਾ ਸਮਝਿਆ ਫਿਰ ਕਹਿਣ ਦੀ ਲੋੜ ਨਹੀਂ ਜਿਹੋ ਜਿਹੀਆਂ ਬੁਰਾਈਆਂ ਨੇ ਸਾਡੇ ਸੈਂਸ ਦੀ ਹੈ ਉੱਥੇ ਨਾਲ ਨਾਲ ਇਹਦੀ ਜਟਲਾਈਜੇਸ਼ਨ ਦੀ ਵੀ ਹੈ ਕਿ ਵਿਦਿਆ ਨੂੰ ਸਹੀ ਢੰਗ ਨਾਲ ਵਰਤ ਕੇ ਆਪ ਸੁਖੀ ਜੀਵਨ ਜੀਵਿਆ ਜਾਏ। ਮਾਣ ਹੋਵੇ ਕਿ ਅਕਾਲ ਪੁਰਖ ਨੇ ਸਾਨੂੰ ਕਾਲ ਦੇ ਵਿੱਚ ਭੇਜਿਆ ਹੋਇਆ ਕਿ ਪੰਜਾਬ ਜੋ ਹਜ਼ੂਰ ਸਾਹਿਬ ਵਾਲੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਸੇਵਾ ਭੇਜੀ ਸੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਦਾ ਸਨਮਾਨ ਕੀਤਾ ਜਾਣਾ ਜੀ। ਬੋਲੇ ਸੋਨਿਆਰ ਸੋਨਿਆਰ ਤਾਲਾ ਬਜਾਜ ਜੀ ਅਤੇ ਹੋਰ ਵੀ ਚੰਦ ਦੀ ਦੂਰੋਂ ਦੂਰੋਂ ਪਿੰਡ ਦੀਆਂ ਸੰਗਤਾਂ ਆਈਆਂ ਨੇ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਗਾ ਇਲਾਕਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਮਰਪਿਤ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ ਵੱਲੋਂ ਇਹ ਜੋ ਚੌਥਾ ਗੱਤਕਾ ਸਮਾਗਮ ਜਿਸ ਦਾ ਇਨਾਮ ਗੋਲਡ ਮੈਡਲ ਅਤੇ ਸਿਲਵਰ ਮੈਡਲ ਰੱਖਿਆ ਗਿਆ ਹੋਇਆ ਉਹ ਐਵਰਗ੍ਰੀਨ ਪਾਰਕ ਮੋਗਾ ਵਿਖੇ ਕਰਵਾ ਰਹੇ ਹਾਂ। ਇਸ ਵਿੱਚ ਸਾਡਾ ਇਹ ਨੌਜਵਾਨ ਵੀਰਾਂ ਦਾ ਇਹੀ ਉਦੇਸ਼ ਹੈ ਜਿੱਥੇ ਕੌਮ ਦੇ ਵਿੱਚ ਆਮ ਤੌਰ 'ਤੇ ਗਿਰਾਵਟ ਆ ਰਹੀ ਹੈ ਅਤੇ ਲੋਕ ਪਤਿਤ ਪੁਣੇ ਵੱਲ ਵੱਧ ਰਹੇ ਨੇ, ਨਸ਼ਿਆਂ ਵੱਲ ਵੱਧ ਰਹੇ ਨੇ, ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਉਹ ਇਹ ਖਾਲਸਾ ਹੀ ਖੇਡਰ ਨਾਲ ਜੁੜਨ ਅਤੇ ਉਹ ਆਪਣੇ ਜੀਵਨ ਦੇ ਵਿੱਚ ਉੱਚਾ ਸੁੱਚਾ ਜੀਵਨ ਬਤੀਤ ਜਿਉਣਾ ਸ਼ੁਰੂ ਕਰਨ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਜਿਸ ਤਰ੍ਹਾਂ ਸਾਡੇ ਮਹਾਨ ਜਰਨੈਲ ਕੌਮ ਦੇ ਵਿੱਚ ਆ ਕੇ ਇੰਨੀਆਂ ਮੁਸ਼ਕਲਾਂ ਘਾਲੀਆਂ ਉਹਨਾਂ ਨੇ, ਸਿੰਪਲ ਪਰਿਵਾਰ ਦੇ ਵਿੱਚ ਰਹਿ ਕੇ ਉਹਨਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ, ਅਸੀਂ ਵੀ ਆਪਣੀ ਕੌਮ ਦੇ ਲਈ ਆਪਣਾ ਆਪਣਾ ਯੋਗਦਾਨ ਪਾ ਸਕੀਏ। ਹੈਪੀ ਜੀ, ਤੁਹਾਡੇ ਟੋਟਲ ਕਿੰਨੀਆਂ ਟੀਮਾਂ ਆਈਆਂ ਨੇ, ਕਿੱਥੋਂ ਕਿੱਥੋਂ ਆਈਆਂ ਨੇ? ਇਸ ਪ੍ਰੋਗਰਾਮ ਦੇ ਵਿੱਚ 11 ਟੀਮਾਂ ਹਿੱਸਾ ਲੈ ਰਹੀਆਂ ਨੇ ਜਿਸ ਵਿੱਚ ਅੰਮ੍ਰਿਤਸਰ, ਡੁਗਰੀ, ਤਰਨ ਤਾਰਨ ਅਤੇ ਪੰਜਾਬ ਦੇ ਹੋਰ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਟੀਮਾਂ ਇਸ ਪ੍ਰੋਗਰਾਮ ਦੇ ਵਿੱਚ ਆਈਆਂ ਨੇ। ਇੱਕ ਗੈਸਟ ਟੀਮ ਜੋ ਕਿ ਬੀਬੀਆਂ ਦੀ ਤੌਰ 'ਤੇ ਪੇਸ਼ ਕੀਤੀ ਆਈਟਮ ਉਹ ਵੀ ਬਹੁਤ ਨਿਵੇਕਲੇ ਢੰਗ ਦੀ ਹੋਵੇਗੀ। ਦਾ ਪ੍ਰੋਗਰਾਮ ਜੋ ਕਿ ਮੀਰੀ ਪੀਰੀ ਗੱਤਕਾ ਖੜਾ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਐਵਰਗ੍ਰੀਨ ਪਾਰਕ ਗੋਦੇਵਾਲਾ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜੋ ਕਿ ਨਸ਼ਿਆਂ ਵੱਲ ਜ਼ਿਆਦਾ ਜਾ ਰਹੀ ਹੈ ਉਹਨਾਂ ਨੂੰ ਸਿੱਧੇ ਰਾਹ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ। ਇਸ ਪ੍ਰੋਗਰਾਮ ਦੇ ਥਰੂ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਕਿ ਆਪਣਾ ਪਿਛੋਕੜ ਹੈ ਉਸ ਨੂੰ ਅਡੋਪਟ ਕਰਨ, ਜੋ ਕਿ ਅੱਜ ਕੱਲ੍ਹ ਮਾਡਰਨਾਈਜੇਸ਼ਨ ਨੂੰ ਜ਼ਿਆਦਾ ਅਡੋਪਟ ਕਰ ਰਹੇ ਨੇ। ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਸਿੰਘ ਅਕਾਲੀ ਫੂਲਾ ਸਿੰਘ ਜੋ ਕਿ ਬਹੁਤ ਹੀ ਸਿੱਖ ਕੌਮ ਦੇ ਮਹਾਨ ਯੋਧੇ ਨੇ, ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਘਾਲੀਆਂ, ਅਸੀਂ ਉਹਨਾਂ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਇੱਥੇ ਉਹਨਾਂ ਦੇ ਜੀਵਨ ਦੀ ਸ਼ੋਰਟ ਸਾਖੀ ਜੋ ਕਿ ਇੱਥੇ ਸਰਵਣ ਕਰਵਾਈ ਗਈ ਹੈ ਉਸ ਸਾਖੀ ਦੇ ਵਿੱਚੋਂ ਅਸੀਂ ਬੱਚਿਆਂ ਨੂੰ ਕੁਐਸਚਨ ਵੀ ਪੁੱਛਾਂਗੇ ਔਰ ਬੱਚਿਆਂ ਨੂੰ ਜਾਗਰੂਕ ਕਰਾਂਗੇ ਕਿਸ ਤਰ੍ਹਾਂ ਸਾਡੇ ਵੱਡੇ ਵਡੇਰੇ, ਸਾਡੇ ਜਰਨੈਲ, ਸਾਡੇ ਯੋਧੇ, ਸਾਡੇ ਸੂਰਮੇ ਕਿਸ ਤਰ੍ਹਾਂ ਉਹ ਮੁਸ਼ਕਲਾਂ ਘਾਲ ਘਾਲ ਕੇ ਸਾਨੂੰ ਉਹਨਾਂ ਨੇ ਗੁਰਸਿੱਖੀ ਜੀਵਨ ਦਿੱਤਾ ਹੈ। ਔਰ ਇਸ ਗੱਤਕੇ ਮੁਕਾਬਲੇ ਵਿੱਚ ਜੋ ਵੀ ਟੀਮਾਂ ਹਿੱਸਾ ਲੈ ਰਹੀਆਂ ਨੇ ਇਹ ਪੂਰੀਆਂ ਸਟੇਟ ਲੈਵਲ ਤੋਂ ਨੇ, ਅੰਮ੍ਰਿਤਸਰ, ਤਰਨ ਤਾਰਨ, ਦੁਗਰੀ, ਮੁਕਤਸਰ, ਕੋਟਕਪੂਰਾ ਅਤੇ ਹੋਰ ਵੀ ਜ਼ਿਲ੍ਹਿਆਂ ਵਿੱਚੋਂ ਇਹ ਟੀਮਾਂ ਪਹੁੰਚ ਰਹੀਆਂ ਨੇ। ਅਸੀਂ ਧੰਨਵਾਦ ਕਰਦੇ ਹਾਂ ਸਭ ਸੰਗਤਾਂ ਦਾ ਔਰ ਮੋਗਾ ਸ਼ਹਿਰ ਦੀਆਂ ਸਮੂਹ ਸੁਸਾਇਟੀਆਂ ਦਾ ਅਤੇ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਲਈ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ। ਇਸ ਵਿਸ਼ੇਸ਼ ਤੌਰ 'ਤੇ ਜਾਗੋ ਲਹਿਰ ਘੱਲਘਲਾ ਵੱਲੋਂ ਇੱਕ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਕੋਰੀਓਗ੍ਰਾਫੀ ਦਿਖਾਈ ਗਈ ਹੈ ਜਿਸ ਦਾ ਮਨੋਰਥ ਸੀ ਨੌਜਵਾਨ ਵੀਰਾਂ ਨੂੰ ਗੁਰਸਿੱਖੀ ਵੱਲ ਲਿਆਉਣਾ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।